ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਮਦਵਾਲੀ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਤੁਹਾਨੂੰ ਦਿਖਾਉਣੀਆਂ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਤਾਜ਼ੀ ਸੂਈ ਆ ਅਤੇ ਬਾਕੀ ਦੋ ਗੱਭਣਾ ਆ। ਅਤੇ ਗੱਲਬਾਤ ਵੀਰ ਜੀ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਇਹਨਾਂ ਦੀ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ, ਕਿਰਪਾ ਜੋ ਵਾਹਿਗੁਰੂ ਦੀ, ਤੁਸੀਂ ਸੁਣਾਓ? ਸਭ ਵਧੀਆ ਜੇ, ਯਾਰ ਕੀ ਬੜੇ ਦਿਨ ਪਾਤੇ ਜੇ ਦਿਨ। ਹਰਪ੍ਰੀਤ ਜੀ, ਹੁਣ ਤੁਸੀਂ ਨਾ ਮਜ਼ਾਕ ਕਰਦੇ ਸਾਨੂੰ, ਗੱਲ ਹੋਰ ਕੋਈ ਨੀ ਆ। ਠੀਕ, ਨਹੀਂ ਅਸੀਂ ਕਦਾ ਮਜ਼ਾਕ ਕਰਨਾ ਤੁਹਾਨੂੰ, ਮਜ਼ਾਕ ਇਹ ਆ ਤੇ ਆਪੇ ਤੁਹਾਨੂੰ ਹੁਣ ਚੈਨਲ ਖੋਲਤਾ। ਹਾਂਜੀ ਹਾਂਜੀ, ਤੇ ਆ ਲੋ ਇੱਥੇ ਵੀਡੀਓ ਪਾਇਆ ਕਰੋ, ਸਟੇਟਸ ਲਾਇਆ ਕਰੋ। ਹਾਂਜੀ ਹਾਂਜੀ, ਉਹ ਹੁਣ ਅਸੀਂ ਵੀਡੀਓ ਪਾ ਦਿੰਦੇ, ਜਿਹੜਾ ਤੁਸੀਂ ਖੋਲ ਕੇ ਦਿੱਤਾ ਤਾਂ ਮਾਲ ਵੇਖ ਜੱਠਾ ਭੈਣ ਭਰਾ ਜੀ ਨੇ। ਚਲੋ ਵਧੀਆ ਗੱਲ ਆ ਕਿ ਚਲੋ ਇਸ ਤਰ੍ਹਾਂ ਉਹ ਰਲ ਮਿਲ ਕੇ ਚੱਲੇ। ਕਿਰਪਾ ਆ ਤੇ ਮੈਂ ਫਿਰ ਮੈਂ ਹੁਣ ਭਰਾ ਨੀ ਕਹਿਣਾ, ਤੇ ਮੈਂ ਹੀ ਇਹਨਾਂ ਨੂੰ ਕੰਮ ਚਲਾ ਗਏ ਤੇ ਮੈਂ ਤਾਂ ਕਰਕੇ ਇਹਦੇ ਭਰਾ ਨੂੰ ਸੱਦੀ। ਨਹੀਂ ਅਸੀਂ ਕੌਣ ਆ, ਨਹੀਂ ਨਹੀਂ ਅਸੀਂ ਨੀ, ਇਹਦੇ ਪਰਮਾਤਮਾ ਕੰਮ ਚਲਾਉਣਾ ਯਾਰ ਜੀ, ਤੇ ਕਰਕੇ ਹੀ ਸਾਰੇ ਲੋਕਾਂ ਨੂੰ ਜਾਣਨ ਲੱਗੇ ਆ। ਬਾਕੀ ਸਾਫ਼ ਆਪਾਂ ਜੇ ਕੰਮ ਸਾਫ਼ ਕਰਾਂਗੇ ਤੇ ਲੋਕਾਂ ਨੇ ਆਪੇ ਸਾਥ ਦੇਣਾ ਵਾ, ਤੇ ਜੇ ਤੁਸੀਂ ਗਲਤ ਕਰੋਗੇ ਤੇ ਆਪੇ ਜਿਹੜਾ ਮਰਜ਼ੀ ਕੰਮ ਚਲਾਉਣਾ ਜੇ ਉਹ ਤੁਹਾਡਾ ਚੱਲਣਾ। ਹਰੇਕ ਬੰਦੇ ਨੂੰ ਪਤਾ ਲੱਗ ਜਾਂਦਾ ਆ, ਹਾਂਜੀ ਗੱਲ ਬਾਤ ਤੋਂ ਵੀ ਪਤਾ ਲੱਗ ਜਾਂਦਾ ਤੇ ਮੇਨ ਪਸ਼ੂ ਤੋਂ ਪਤਾ ਲੱਗ ਜਾਂਦਾ। ਹਾਂਜੀ ਹਾਂਜੀ ਹਾਂਜੀ, ਅਸੀਂ ਪਸ਼ੂ ਲਿਆਉਣਾ ਹਮੇਸ਼ਾ ਹੀ ਤਾਜ਼ਾ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਕੰਮ ਚਲਾਉਣ ਵਾਲਾ ਤੇ ਪਰਮਾਤਮਾ ਵਾ, ਆਪਾਂ ਨੂੰ ਉਹਨਾਂ ਦਾ ਸ਼ੁਕਰਾਨਾ ਜਿਹੜਾ ਕਰਨਾ ਚਾਹੀਦਾ ਵਾ। ਠੀਕ ਆ, ਤੇ ਬਾਕੀ ਹੁਣ ਹੋ ਗਏ ਝੋਨੇ, ਝੋਨਿਆਂ ਤੋਂ ਵਿਹਲੇ? ਝੋਨਿਆਂ ਤੋਂ ਵੀ ਵਿਹਲੇ ਹੋ ਗਏ ਤੇ ਝੋਨਾ ਝਾਨਾ ਲਾ ਕੇ ਤੇ ਆਪਣੇ ਦੋ ਆਪਣੇ ਤੇ ਪਾਈਆਂ ਸੀ। ਅੱਛਾ, ਤੇ ਐਰਕਾ ਮੈਂ ਨਹੀਂ ਐਰਕਾ ਵੀਰ ਨੂੰ ਸੱਦੀਏ। ਠੀਕ ਠੀਕ, ਤੇ ਨਾਲੇ ਸਰਬਜੀਤ ਡੇਅਰੀ ਫਾਰਮ ਨੂੰ ਫੋਲੋ ਕਰੋ, ਦੱਬ ਕੇ ਚਲਾਓ। ਠੀਕ ਠੀਕ ਜੀ, ਹਾਂਜੀ ਇਹ ਹੈ ਕਿ ਚਲੋ ਇਸ ਤਰ੍ਹਾਂ ਦਰਸ਼ਨ ਮੇਲਾ ਦਰਸ਼ਨ ਦਿੰਦੇ ਰਿਹਾ ਕਰੋ ਸਾਨੂੰ, ਤੁਹਾਨੂੰ ਦੇ ਰਿਹਾ ਕਰਨਾ ਨਾ ਪਰ ਹਫਤੇ ਜੇ ਵੀਡੀਓ ਇੱਕ ਪਾਇਆ ਕਰਾਂਗੇ ਜ਼ਰੂਰ। ਸਾਨੂੰ ਵੀ ਕਾਫੀ ਵੀਰਾਂ ਦੇ ਫੋਨ ਆਏ ਵੀ ਹੁਣ ਸਰਬਜੀਤ ਭਾਈ ਦੇ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ, ਕੋਈ ਨੂਰ ਨਹੀਂ ਵਿਖਾਂਦੇ, ਹੁਣ ਬੁਲਬੁਲ ਦੇ ਬੱਚੇ ਨਹੀਂ ਵਿਖਾਂਦੇ, ਤੇ ਅਸੀਂ ਕਿਹਾ ਕੋਈ ਨਹੀਂ ਦਿਖਾ ਦਿੰਦੇ। ਅੱਛਾ ਅੱਛਾ, ਮੈਂ ਨਾ ਵਾਹਿਗੁਰੂ ਵਾਹਿਗੁਰੂ ਕਰੋ ਭਰਾ, ਅਸੀਂ ਨਹੀਂ ਨਾਰਾਜ਼ ਹੁੰਦੇ। ਠੀਕ ਠੀਕ ਆ, ਮੈਂ ਤੇ ਉਹਨਾਂ ਨੇ ਕਿਰਪਾ ਕੀਤੀ ਤੇ ਚੈਨਲ ਬਣਾ ਤਾ, ਕਹਿੰਦਾ ਇੱਥੇ ਪਾਇਆ ਕਰੋ, ਚਲੋ ਅਸੀਂ ਤੇ ਪਰਮਾਤਮਾ ਕਰੀਏ ਇਹ ਅਰਦਾਸ ਕਰਾਂਗੇ ਕੰਮ ਵਧੀਆ ਚੱਲਦਾ ਰਹੇ, ਤੇ ਕੰਮ ਸਾਫ਼ ਸੁਥਰਾ, ਬਸ ਬੰਦਾ ਸਾਫ਼ ਨੀਤ ਨਾਲ ਕੰਮ ਕਰੇ ਤੇ ਕੰਮ ਤੇ ਆਪੇ ਚਲੋ ਚੱਲ ਜਾਂਦੇ। ਚਲੋ ਫਿਰ ਨਾਮ ਦੱਸ ਦਈਏ ਕਰੀ ਆਪਣਾ, ਆਪਣਾ ਸਰਬਜੀਤ ਸਿੰਘ, ਹਾਂਜੀ, ਤੇ ਪਿੰਡ ਰਾਮਦਵਾਲੀ ਤੇ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ, ਤਹਿਸੀਲ ਆਪਣੀ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ, ਉਹ ਮੇਰੇ ਤੋਂ 8 ਕਿਲੋਮੀਟਰ ਹੈ। ਠੀਕ ਹੈ, ਮੇਰੇ ਲਾਗੇ ਹੈ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ, ਹਾਂਜੀ, ਉਹ ਪੈਂਦਾ ਅੰਮ੍ਰਿਤਸਰ ਚ, ਪਰ ਹੈਗਾ 4 ਕਿਲੋਮੀਟਰ। ਠੀਕ ਹੈ ਜੀ, ਹਾਂਜੀ, ਤੇ ਤੁਹਾਡਾ ਪਿੰਡ ਜਿਹੜਾ ਰਾਮਦਵਾਲੀ ਤੇ, ਪਰ ਜਿਹੜੀ ਆਪਾਂ ਹੁਣ ਵੀਡੀਓ ਬਣਾਉਂਦੇ ਧਰਮਕੋਟ ਹੈ, ਹਨਾ ਜੀ? ਇਹ ਦੁਕਾਨਾਂ ਜੋ ਇੱਥੇ, ਇੱਥੇ ਦੁਕਾਨਾਂ ਤੁਹਾਡੀਆਂ ਤੇ, ਫਿਰ ਦੁਕਾਨਾਂ ਤੇ ਮਾਲ ਜਾਂਦਾ ਜੋ, ਉੱਥੇ ਗਰਮੀ ਬੜੀ ਨਾਲ ਨਾਲ ਹੀ ਆ, ਬਿਲਕੁਲ ਹਨਾ, ਬਿਲਕੁਲ ਨਾਲ ਇੱਕ, ਉੱਥੇ ਫਿਰ ਮੀਂਹ ਮੂੰਹ ਪੈ ਜਾਂਦਾ ਤੇ ਥੋੜਾ ਚਿੱਕੜ ਹੋ ਜਾਂਦਾ। ਹਾਂਜੀ ਹਾਂਜੀ, ਠੀਕ ਹੈ, ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ, ਇਹ ਆ ਬੀਜੀ ਪਹਿਲੇ ਜਲਸੀ ਵਹਿੜ ਆ। ਹਾਂਜੀ, ਤੇ ਇਹ ਰਾਤ ਦੀ ਸੂਈ ਜੋ, ਠੀਕ ਆ, ਇਹ ਵਛਾ ਆ, ਵਛਾ ਤੇ ਵਛਾ ਦਿੱਤਾ ਜੋ, ਤੇ ਰਾਤ ਦੀ ਸੂਈ ਜੋ, ਠੀਕ ਆ, ਬਾਕੀ ਥੱਲਿਆਂ ਵੀ ਚਲੋ ਜਿੰਨੇ ਜੋਗੀ ਹੈਗੀ ਚੰਗੀ ਤਿਆਰ ਹੋਈ ਆ, ਕਦ ਕਾਠ ਚੰਗਾ ਜਾਨ ਚ ਆ ਜਿਹੜੀ ਬੈਡ,
ਬਾਕੀ ਥਣ ਵੀ ਬੜਾ ਪਿਆਰਾ ਜਿਹੜਾ ਲੱਗਾ ਵਾ ਤੇ ਥੱਲਿਆਂ ਵੀ ਚਲੋ ਚੰਗੀ ਤਿਆਰ ਹੋਈ ਹਜੇ ਸ਼ਾਮ ਤੱਕ ਪੂਰੀ ਬਣ ਜੂਗੀ ਜਿਹੜੀ ਚੰਗੇ ਗੈਪ ਤੇ ਥਣ ਲੱਗਾ ਜਿਹੜਾ ਥੋੜਾ ਡਰਦੀ ਜੀ ਆ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਠੀਕ ਆ ਬਾਕੀ ਇਹ ਹੈ ਕਿ ਪੂਰੀ ਨਿੱਗਰ ਜਰਸੀ ਆ ਜਾਣ ਵਾਲੀ ਆ ਜਿਹੜੀ ਆਹ ਦੇਖ ਸਕਦੇ ਇਸ ਤਰ੍ਹਾਂ ਭਾਵੇਂ ਠੀਕ ਆ ਤੇ ਮੁੱਲ ਫਿਰ ਇਹਦਾ ਜਿਹਾ ਠੀਕ ਆ ਜਾਇਜਾ ਆਪ ਦੱਸ ਦੋ ਕਰੀ ਫਿਰ ਇੱਕ ਵਾਰੀ 50,000 ਦੀ ਤੇ ਥੋੜੀ ਜਿਹੀ ਛੋਟ ਕਰਾ ਲਈ ਥੋੜੀ ਜਿਹੀ ਛੋਟ ਕਰ ਦੋ 5,000 ਫਿਰ 15-16 ਤੇ ਬਾਕੀ ਸੂਈ ਵੀ ਅਜੇ ਤਾਜ਼ੀ ਆ ਤੇ ਸਾਰੀਆਂ ਗਰਮੀਆਂ ਦੁੱਧ ਦੇਣਾ ਇਹਨੇ ਤੇ ਇੱਕ ਆਹ ਪੈਡ ਬੜੀ ਖੂਬਸੂਰਤ ਜੇ ਹਾਂਜੀ ਇਹਨੇ ਜਿਹੜਾ ਵਾ ਵੈੜ ਦਾ ਸ਼ੌਂਕ ਵੀ ਪੂਰਾ ਕਰ ਦੇਣਾ ਤੇ ਘੋੜੀ ਦਾ ਸ਼ੌਂਕ ਵੀ ਪੂਰਾ ਕਰ ਦੇਣਾ ਪਹਿਲਾ ਸੂਆ ਸੁਣੀਆ ਠੀਕ ਆ ਵੀਰ ਜੀ ਮੂੰਹ ਪਿਓਰ 4 ਦੰਦ ਆ ਆਜੋ ਮਾੜਾ ਜਿਹਾ ਲਾਗੇ ਵਿਖਾਓ ਆ ਦੇਖ ਸਕਦੇ ਜੀ ਪਿਓਰ 4 ਦੰਦ ਅਜੇ 4 ਦੰਦ ਇਹਨੇ ਬਰਾਬਰ ਨਹੀਂ ਪੂਰੇ ਕੀਤੇ ਹਾਂਜੀ ਇਹ ਦਹੀਂ ਬਰਾਬਰ ਕਰਨਾ ਪਿਓਰ 4 ਦੰਦ ਆ ਪਹਿਲਾਂ ਵੈੜ ਆ ਤੇ ਕੱਦ ਕਾਠ ਪੱਖੋਂ ਪੂਰੀ ਜਵਾਨ ਤੇ ਥਣ ਵੀ ਪੂਰਾ ਕਮਾਲ ਦਾ ਮੈਂ ਬਹੁਤ ਵਧੀਆ ਜਿਹਨੂੰ ਫੁੱਲ ਬਰੀਡ ਜਾਂਦੇ ਆ ਇਹ ਪੰਜਾਬ ਵਾਲੀ ਜਰਸੀ ਹੈ ਵੀ ਪੰਜਾਬ ਵਾਲੀ ਜਿਹੜੀ ਕੱਦ ਕਾਠ ਪੱਖਾਂ ਵੀ ਪੂਰੀ ਜਵਾਨ ਹੈ ਤੇ ਦੇਣ ਅਜੇ ਖੜਦੀ ਆ ਆਹ ਰੋਡ ਦੇ ਉੱਤੇ ਜਿਹੜਾ ਵਾ ਆਹ ਜਿਹੜਾ ਮੇਨ ਰੋਡ ਆ ਜਿਹੜਾ ਅੰਮ੍ਰਿਤਸਰ ਤੋਂ ਏਅਰਪੋਰਟ ਤੋਂ ਜਨਾਲੇ ਨੂੰ ਜਿਹੜਾ ਗਾੜੀ ਫਿਰ ਡੇਰੇ ਬਾਬੇ ਨਾਨਕ ਨੂੰ ਗੁਰਦਾਸਪੁਰ ਚੱਲ ਜਾਂਦਾ ਉਹ ਵਾਲਾ ਮੇਨ ਰੋਡ ਆ ਜਿਹੜਾ ਠੀਕ ਆ ਦੇਖ ਸਕਦੇ ਜੀ ਪਹਿਲਾ ਸੂਆ ਤੇ ਭਾਵੇਂ ਸੜਕ ਤੇ ਖਿਲਾਰ ਦੋ ਮੇਨ ਰੋਡ ਦੇ ਉੱਤੇ ਹੀ ਚਿਹਰਾ ਦਿਖਾ ਦੀ ਇਹਦਾ ਇੱਕ ਵਾਰੀ ਫਿਰ 20 ਲੀਟਰ ਵਛੀ ਗਰਮੀ ਚ ਦੁੱਧ ਚ ਵਾਜੂਗੀ ਪਹਿਲੇ ਸੂਏ ਗਰੰਟੀ ਵਾਲਾ 4 ਦੰਦ ਵੈੜ ਕਿੰਨੀ ਚਮਕਿਆ ਵੈੜ ਦੀ ਦੇਖੋ ਠੀਕ ਹੈ ਪਿਓਰ ਜਲਸੀ ਜਿਹਨੂੰ ਆਂਦੇ ਆ ਠੀਕ ਆ ਤੇ ਆਹ ਰੋਡ ਦੇ ਉੱਤੇ ਵੀਰ ਜੀ ਨੇ ਦੁਕਾਨਾਂ ਵਾ ਜਿਹੜੀਆਂ ਆਵਲੀਆਂ ਤੇ ਅਜੇ ਚਲੋ ਦਿਨ ਖੜਦੀ ਆ ਅਜੇ ਭਰਨੀ ਆ ਜਿਹੜੀ ਪੂਰੀ ਤੇ ਥੱਲਿਆਂ ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਹੁਣ ਤੋਂ ਪ੍ਰੋਪਰ ਥਣ ਹੱਥ 'ਚ ਆਉਣ ਵਾਲੇ ਆ ਜਿਹੜੇ ਹਾਂ ਦੇਖ ਸਕਦੇ ਫਿਕਸ ਜਿਹਾ ਹਵਾਨਾ ਇਹਨੇ ਤਿਆਰ ਕਰਨਾ ਵਾ ਠੀਕ ਆ ਤੇ ਚੰਗੀਆਂ ਢਿੱਲਾ ਢੁੱਲਾ ਪੂਰੀਆਂ ਠੀਕ ਆ ਠੀਕ ਆ ਤੇ ਇਹਦਾ ਫਿਰ ਜਾਇਜਾ ਮੁੱਲ ਵਛੀ ਦਾ ਮੁੱਲ ਕਰਾਉਂਦੀ ਆ ਬਹੁਤ ਜ਼ਿਆਦਾ ਮਾਰਕੀਟ ਦੇ ਹਿਸਾਬ ਨਾਲ ਅੱਛਾ
ਇਹਦਾ ਹੱਕ ਵੀ 65,000 ਆ ਮੱਛੀ ਦਾ, 65,000 ਹੱਕ ਆ। ਠੀਕ ਆ, ਪਰ ਜੈ ਜੀ ਦੇ ਦੇਣੀ ਆ ਦਰਸ਼ਨ ਬੜੇ ਦਿਨਾਂ ਬਾਅਦ ਹੋਏ ਵੀਰ ਦੇ। ਠੀਕ ਆ, ਕਿੰਨੇ ਦੀ ਦਈਏ ਫਿਰ? 60,000 ਦੀ ਦੇ ਦਾਂਗੇ। 60,000 ਦੀ? ਹਾਂਜੀ, ਛੋਟ ਕਰ ਦੋ ਉੱਚੋਂ ਵੀ। ਕਰਨੀ ਆ ਕਰਨੀ ਕਿਉਂ ਨੀ ਯਾਰ ਜੀ, ਕਰ ਦੋ ਫਿਰ। ਜਿੰਨੀ ਤੁਸੀਂ ਆਖੋਗੇ ਕਰ ਦੇਣੀ, ਤੁਹਾਨੂੰ ਕੋਈ ਨਾ ਨੀ, ਅੱਜ ਖੁੱਲੀ ਛੁੱਟੀ ਆ। ਤੁਹਾਨੂੰ ਪਤਾ ਫਿਰ ਆਪਾਂ ਤੁਹਾਡੇ ਤੋਂ 5,000 ਤੋਂ ਥੱਲੇ ਗੱਲ ਹੀ ਨੀ ਕਰੀ ਦੀ। 5 ਹੀ ਛੱਡ ਦਾਂਗੇ, 55,000 ਦੀ ਦੇ ਦਾਂਗੇ। ਅੱਛਾ, ਪਹਿਲਾਂ ਵੈੜਿਆ ਹੱਕੀ 44 ਔਰ ਸੱਚਾਈ ਵਾਲੀ ਗੱਲ ਆ। ਠੀਕ ਆ, ਅੱਖਾਂ ਵਾਲਿਆਂ ਵੇਖ ਲੈਣਾ ਮੱਛੀ 65,000 ਦੀ ਆ। ਠੀਕ ਆ, ਅੱਜ 55,000 ਦੀ ਦੇ ਦੇਣੀ ਆ, 10,000 ਮਾਰਕੀਟ ਨੂੰ ਡਾਊਨ ਆ। ਠੀਕ ਆ, ਮੱਛੀ ਮੈਂ 65,000 ਦੀ ਵੇਚਦਾ ਆ। ਠੀਕ ਆ, ਪਰ ਹੁਣ ਤੁਹਾਡੀ ਵੀਡੀਓ ਤੇ 55,000 ਦੀ ਦੇਣੀ ਆ, 10,000 ਮਾਰਕੀਟ ਨੂੰ ਡਾਊਨ ਦੇ ਦੇਣੀ ਆ ਜੀ। ਠੀਕ ਆ, ਤੇ ਉਹੀ ਗੱਲ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ, ਇੱਕ ਉਹ ਨੂਰ ਬੁਲਬੁਲ ਦਾ ਬੱਚਾ ਮੈਂ ਮੂੰਹ ਚਾਰ ਦੰਦ, ਪਹਿਲਾ ਸੂਆ 20 ਲੀਟਰ ਮੱਛੀ ਦੇ ਦੁੱਧ ਚੋਣਾ ਜੇ 25-8 ਦਿਨ ਦੀ। ਠੀਕ ਜੀ, ਕੋਈ ਤੁਹਾਨੂੰ ਘੱਟ ਥੋੜਾ ਆ। ਹਾਂਜੀ ਹਾਂਜੀ, ਕਈ ਵਾਰੀ ਸਾਨੂੰ ਵੀਰਾਂ ਦੇ ਫੋਨ ਆਉਗੇ, ਉਹਨਾਂ ਨੂੰ ਕਈ ਵਾਰੀ ਨਾਮ ਤੁਹਾਡਾ ਚੇਤਾ ਭੁੱਲ ਜਾਂਦਾ ਹੈ, ਤੇ ਫਿਰ ਸਾਨੂੰ ਕਹੋਗੇ ਉਹਨਾਂ ਦੀ ਵੀਡੀਓ ਕਦੋਂ ਪਾਉਣੀ ਜਿਹੜੇ ਕੋਈ ਨੂਰ ਲਿਆਉਂਦੇ ਆ, ਬੁਲਬੁਲ ਦੇ ਬੱਚੇ ਲਿਆਉਂਦੇ ਆ, ਫਿਰ ਸਾਨੂੰ ਪਤਾ ਲੱਗਦਾ ਕਿ ਤੁਹਾਡੀ ਗੱਲ ਕਰਦੇ ਜੀ। ਹਮੇਸ਼ਾ ਮੇਰੀ ਕੋਸ਼ਿਸ਼ ਇਹੋ ਹੁੰਦੀ ਆ। ਹਾਂਜੀ, ਤੇ ਮੈਂ ਚੰਗਾ ਹੀ ਖਰੀਦਾ ਜਾ। ਠੀਕ ਆ, ਕਿਉਂਕਿ ਭੈਣ ਭਰਾਵਾਂ ਖਰਚਣੇ ਪੈਸੇ। ਹਾਂਜੀ, ਤੇ ਜੇ ਜਾ ਕੇ ਉਹਨਾਂ ਦੀ ਜਿਹੜੇ ਪੈਸੇ ਖਰਚ ਕੇ ਮਨ ਨੂੰ ਸੰਤੁਸ਼ਟੀ ਨਾ ਨਾ ਹੋਵੇ, ਹਾਂਜੀ, ਤੇ ਫਿਰ ਮਜ਼ਾ ਨਹੀਂ ਆਉਂਦਾ। ਹਾਂਜੀ ਹਾਂਜੀ, ਮਜ਼ਾ ਫਿਰ ਹੀ ਆਉਂਦਾ ਜੇ ਚੰਗਾ ਡੰਗਰ, ਮੰਨ ਲਓ ਮੈਂ ਮੁੱਲ ਮੈਂ ਵੀ ਲਿਆਦਾ ਆ। ਹਾਂਜੀ, ਜੇ ਮੈਂ ਕਮਾਈ ਕਰਨੀ 1,000 ਕਰ ਲਾ, 500 ਕਰ ਲਾ, 1,500 ਕਰ ਲਾ, ਹਾਂਜੀ, ਇਹੋ ਜ਼ਿਆਦੀ ਨਹੀਂ ਹੁੰਦੀ। ਬਾਕੀ ਜਿਹੋ ਜਿਹਾ ਵੈੜ ਆ, ਇਹ 400 ਵਿੱਚ ਹੋ ਕੇ ਵੀ ਚੰਗੇ ਪੈਸੇ ਵਟਾ ਜਾਂਦੇ ਆ ਇਹੋ ਜਿਹੇ ਫਿਰ, ਕਿਉਂਕਿ ਨਵੀਂ ਵੈੜ ਆ, ਚੰਗੇ ਕੱਦ ਕਾਠ ਵਾਲੀ ਆ, ਤੇ ਕਿੱਲੇ ਤੇ ਬੱਜੀ ਵੀ ਸੋਹਣੀ ਲੱਗੂਗੀ। ਤੇ ਇੱਕ ਹੋਰ ਜਰਸੀ ਆ ਗਈ ਆ, ਵੀ ਗੱਭਣੀ ਆ ਜੀ। ਹਾਂ ਜੀ, ਸਾਰੇ ਭੈਣ ਭਰਾ ਲੱਭਦੇ ਹੁੰਦੇ ਆ, ਕਿਨੇ ਤੁਹਾਨੂੰ ਐਚਐਸ ਜਰਸੀ ਲੱਭਦੀ ਹੈ ਕ੍ਰੋਸ ਚ। ਅੱਛਾ, ਇਹ ਸ਼ਾਹੀਵਾਲ ਦੇ ਨਾਲ ਜਰਸੀ ਕ੍ਰੋਸ ਆ। ਅੱਛਾ, ਤੇ ਸ਼ਾਹੀਵਾਲ ਜਰਸੀ ਤੁਸੀਂ ਵੀ ਇੰਨੇ ਚਿਰ ਦਾ ਕੰਮ ਕਰਦੇ ਜੋ ਮੈਂ ਵੀ ਕਰਦਾ ਆ, ਕਿਤੇ ਟਾਵੀਡਾ ਵੀ। ਹਾਂਜੀ, ਤੇ ਉਹ ਵੀ ਠੰਡੀ ਸੀ ਆ, ਤਾਂ 20 ਲੀਟਰ ਵਾਲੀ ਆ। ਅੱਛਾ, 20 ਲੀਟਰ ਵਾਲੀ ਆ, ਤਾਂ ਵੇਖੋ ਠੰਡੀ। ਠੀਕ ਆ, ਇੰਨੀ ਠੰਡੀ ਸ਼ਾਹੀ ਜਲਸੀ ਕਿੱਥੇ ਲੱਭਦੀ ਆ? ਤੇ ਦੁੱਧ ਵੀ ਸੰਘਣਾ ਮੱਝਾਂ ਵਰਗਾ। ਮੈਂ ਕਿਹਾ ਮੱਝਾਂ ਵਰਗਾ ਕਿਸੇ ਮੱਝੀ ਖਰੀਦ ਲੈਣੀ। ਠੀਕ ਆ, ਹਾਂਜੀ, ਤੋਰੋ ਹਾਂ ਫਿਰ ਇੱਕ ਰੀਨ। ਅਸੀਂ 20 ਲੀਟਰ ਦੁੱਧ ਬੜੇ ਅਰਮਾਨ ਨਾਲ ਚਵਾਓ, ਵੀ ਪਹਿਲੇ ਸੂਏ 18 ਲੀਟਰ ਦੁੱਧ ਚਵਾਇਆ ਜੋ। ਠੀਕ ਆ, ਕੋਈ ਗਰਮੀ ਨਹੀਂ, ਕੋਈ ਸਰਦੀ ਨਹੀਂ, ਬੜੀ ਪੜੀ ਆ, ਬੜੀ ਜੁੜੀ ਆ। ਅਚਾਰ ਵੀਰ ਜੀ ਵੇਚਣ ਲਈ ਰੱਖਿਆ ਕਿ ਪਸ਼ੂਆਂ ਨੂੰ ਪਾਉਣ ਲਈ ਰੱਖਿਆ ਜੀ? ਇਹ ਵੇਚਣਾ ਤੇ ਜੋ ਜੀ ਚਾਰ। ਅੱਛਾ, ਚਾਰ ਵੀ ਵੇਚਣ ਲਈ ਆ? ਹਾਂਜੀ, ਚਾਰ ਫੀਡ ਸਾਰਾ ਵੇਚਣਾ ਤੇ। ਚਾਰ ਫੀਡ ਸਾਰਾ ਕੁਝ, ਉਧਰ ਜਿਹੜੀ ਫੀਡ ਦੀ ਦੁਕਾਨ ਆ, ਹਾਂਜੀ, ਤੇ ਇੱਧਰ ਕਰਿਆਨੇ ਦੀ ਦੁਕਾਨ ਆ, ਤੇ ਇੱਧਰ ਨਾਲ ਕੈਫੇ ਵੀ ਆ, ਸਾਰਾ ਕੰਮ ਹੀ ਆ ਕਿ ਨਾਲ ਹਸਪੀਟਲ ਵੀ ਆ। ਹਸਪੀਟਲ ਆਪਣਾ ਹੀ ਆ, ਹਸਪੀਟਲ ਵੀ ਸਾਰੇ ਕੋਈ ਵੀਰ ਜੀ ਹੁਣਾਂ ਦੀਆਂ ਜਿਹੜੀਆਂ ਸਭ ਦੁਕਾਨਾਂ ਵਾ। ਆ ਵੇਖੋ, ਜਿੱਥੇ ਮਰਜ਼ੀ ਬਹਿ ਜਾਓ, ਇੰਨੀ ਠੰਡੀ ਕਿੱਥੇ ਲੱਭਦੀ ਹੈ ਸਾਈ ਸ਼ਾਹੀ ਵਾਲ ਜਲਸੀ? ਆਹ ਦੇਖ ਸਕਦੇ, ਭਾਵੇਂ ਖਾਣ ਵੇਖੋ ਕੜਾ ਕੜਾ, ਸੜਕ ਤੇ ਖਿਲਾਰ ਕੇ ਤੇ ਭਾਵੇਂ ਬਹਿ ਜਾ ਜਿਸ ਤਰ੍ਹਾਂ ਮਰਜ਼ੀ। ਚੰਗੀ ਪਲੀ ਆ ਤੇ 20 ਲੀਟਰ ਦੁੱਧ ਬੜੇ ਅਰਮਾਨ ਨਾਲ ਚਵਾਈ। ਠੀਕ ਹੈ ਜੀ, ਬਾਕੀ ਜੇ ਕਿਸੇ ਨੇ ਚਾਰ ਵੀ ਤੇ ਫੀਡ ਵੀ ਨਾਲ ਮੰਗਾਉਣੀ ਹੋਵੇ ਤੇ ਉਹ ਵੀ ਵੀਰ ਜੀ ਹੁਣੀ ਗੱਡੀ ਤੇ ਰੱਖ ਕੇ ਘੱਲ ਦੇਣਗੇ। ਤੇ ਇਹਦਾ ਫਿਰ ਜਾਜਾ ਮੁੱਲ ਨਿਕਾ ਜਾ ਮੁੱਲ ਕਰੀਏ ਆਪਾਂ, ਕਿ ਜਿਹੜਾ ਹਰ ਕੋਈ ਵੀਰ ਲੈ ਸਕੇ। ਤੁਹਾਨੂੰ ਨੀ ਜੋ ਮੋੜ ਮਾਰਦੀ ਜੀ, ਸੱਚੀ ਗੱਲ ਆ, ਦਿਲੋਂ ਖੁਸ਼ ਹੋ ਕੇ ਤੁਹਾਨੂੰ ਅੱਜ ਕਹਿਣ ਡਿਆ ਕਿ ਜਿੰਨੀ ਤੁਹਾਡੇ ਕੋਲ ਛੋਟ ਹੁੰਦੀ ਕਰਾ ਲਿਓ। ਜਾਜੇ ਕਰਨਾ ਇਹਦਾ ਫਿਰ,
ਮੱਛੀ ਦਾ ਮੁੱਲ ਤਾਂ ਹੈਗਾ 55,000 ਅੱਛਾ ਪਰ ਹੁਣ ਤੁਹਾਨੂੰ ਖੁੱਲੀ ਛੁੱਟੀ ਜੋ ਅੱਛਾ ਜਿੰਨਾ ਜੀ ਕਰਦਾ ਛਡਾ ਕਿੰਨੇ ਛਡਾਰੀਏ ਕੋਈ ਗੱਲ ਨੀ ਜਾਨ ਤੋਂ ਛਾਲ ਵੱਜ ਗਈ ਫਿਰ ਕਿਹੜੀ ਗੱਲ ਆ ਨਹੀਂ ਧੱਕਾ ਤੁਹਾਡੇ ਨਾਲ ਏਡੇ ਵੱਡੇ ਬੰਦੇ ਨਾਲ ਨੀ ਧੱਕਾ ਹੁੰਦਾ 45,000 ਦੀ ਅੱਛਾ ਲੀਟਰ ਵਾਲੀ ਜਲਸੀ ਨਹੀਂ ਜੋ ਲੱਭਦੀ ਪਰ ਲੱਭ ਨਾ ਕਿਤੇ ਉਹ ਮਾਰਕੀਟ ਚ ਕਹਿੰਦੇ ਦੇਣੀ ਜੋ ਅੱਛਾ ਅੱਜ ਲਾਤੀ ਜੋ ਸੇਲ ਫਿਰ ਠੀਕ ਆ 45,000 ਦੀ ਜੇ ਕੋਈ ਇੰਨੇ ਖੜਦੀ ਤੇ ਆ ਰਹਿ ਜਾ ਤੇ ਜੇ ਕਹਿੰਦੇ ਉਹ ਖੜਦੀ ਤੇ ਉਹ ਰਹਿ ਜੇ ਠੀਕ ਆ ਹਾਂਜੀ ਜਿਹੜਾ ਮਰਜ਼ੀ ਤੇ ਜੇ ਕਿਸੇ ਨੇ ਘੋੜੀ ਦਾ ਸ਼ੌਂਕ ਵੀ ਪੂਰਾ ਕਰਨਾ ਤੇ ਬੈਠਦਾ ਵੀ ਤੇ ਉਹ ਫਿਰ ਤੇ ਰਾਹ ਲੈ ਜੇ ਠੀਕ ਆ ਤੇ ਬਾਕੀ ਚਲੋ ਆਪਣੀਆਂ ਕੋ ਪਸੰਦ ਕਰਕੇ ਇੱਥੋਂ ਵੇਖ ਚਾਹ ਕੇ ਖੜੇ ਹਨ ਆਪਣਾ ਜੋ ਵੀ ਆ ਸਾਰਾ ਕੁਝ ਇਹੀ ਆ ਪਾਸ ਹੀ ਹੋਣੀਆਂ ਉਹ ਸਾਰੀਆਂ ਉਹ ਵੀ ਚਲੋ ਤਾਜ਼ੀ ਸੂਈ ਆ ਉਹਦੀਆਂ ਵੀ ਧਾਰਾਂ 'ਤੇ ਹੀ ਜਾਣੀ ਆ ਵੀ ਅਤੇ ਇਹ ਵੀ ਆਪਣੀਆਂ ਜਿਹੜੀਆਂ ਪਾਸ ਕਰਕੇ ਵੇਖ ਚਾਹ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।